ਜ਼ਮੀਨ ਦੇ ਰਸਤੇ ਨੂੰ ਲੈ ਕੇ ਦੋ ਤਰ੍ਹਾਂ ਦੇ ਵਿੱਚ ਖੂਨੀ ਝੜਪ ਹੋਈ। ਜੋ ਸ਼ਖਸ ਲੜਾਈ ਨੂੰ ਛਡਵਾਉਣ ਆਇਆ ਸੀ ਉਸਦੇ ਗੋਲੀ ਮਾਰੀ ਗਈ। ਇਸ ਖੂਨੀ ਝੜਪ ਦੇ ਵਿੱਚ 5 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਲਕਾ ਖੇਮਕਰਨ ਦੇ ਪਿੰਡ ਭੈਣੀ ਮੱਸਾ ਸਿੰਘ ਦਾ ਇਹ ਪੂਰਾ ਮਾਮਲਾ ਹੈ, ਜਿਨ੍ਹਾਂ ਦੇ ਵਿੱਚ ਇੱਕ ਵਿਅਕਤੀ ਜੋ ਕਿ ਲੜਾਈ ਕਰ ਰਹੇ ਵਿਅਕਤੀਆਂ ਨੂੰ ਛਡਾਉਣ ਦੇ ਲਈ ਆਇਆ ਸੀ ਉਸ 'ਤੇ ਵੀ ਗੋਲੀ ਮਾਰੀ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਦੀ ਸਟੇਟਮੈਂਟ ਤੋਂ ਬਾਅਦ ਕਾਨੂੰਨ ਦੇ ਅਨੁਸਾਰ ਆਰੋਪੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਤਾਂ ਦੱਸਦੇ ਕਿ ਖੇਮਕਰਨ ਦੇ ਪਿੰਡ ਭੈਣੀ ਮੱਸਾ ਸਿੰਘ ਦੇ ਵਿੱਚ ਜ਼ਮੀਨੀ ਰਸਤੇ ਨੂੰ ਲੈ ਕੇ ਦੋ ਤਰ੍ਹਾਂ ਦੇ ਵਿੱਚ ਗੋਲੀਆਂ ਚੱਲੀਆਂ ਨੇ, ਜਿਸ ਮੌਕੇ 5 ਲੋਕ ਜ਼ਖਮੀ ਹੋਏ ਨੇ। ਜੋ ਲੜਾਈ ਨੂੰ ਛਡਾਉਣ ਆਇਆ ਸੀ ਉਸ 'ਤੇ ਵੀ ਗੋਲੀ ਮਾਰੀ ਗਈ। ਤਾਂ ਫਿਲਹਾਲ ਪੁਲਿਸ ਦੇ ਵੱਲੋਂ ਵੱਖ ਵੱਖ ਐਂਗਲਾਂ ਤੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਇਹਨਾਂ ਆਪਣੇ ਗੁਆਂਢ ਸੀ, ਆਪਣੇ ਆਪ ਦੇ ਬੰਦੇ ਆ, ਅਤੇ ਪਿੰਡੋਂ ਝਗੜਾ ਕੋਈ ਇਹਨਾਂ ਦਾ ਮਾੜਾ ਮੋਟਾ ਪਹਿਲਾਂ ਆਇਆ ਅਤੇ ਉਹ ਲੈ ਗਏ 70-80 ਜਣੇ, ਅਤੇ ਇਹਨਾਂ ਦੀ ਡੇਰੀ ਉੱਥੇ ਆਣ ਕੇ ਗੱਲ ਪੈ ਗਏ ਆ, ਅਤੇ ਮੈਂ ਵਿੱਚ ਛਡਾਉਣ ਲੱਗ ਪਿਆ ਵਾਂ, ਅਤੇ ਮੇਰੇ ਵੀ ਗੋਲੀ ਮਾਰ ਕਰਤੀ ਹੈ, ਅਤੇ ਮੈਂ ਤਾਂ ਹੈਗਾ ਛਡਾਵਾਂ ਹੀ ਬਹੁਤ ਵਾਰ ਬੰਦੇ ਸਰਪੰਚ ਹੀ ਸਾਡੇ ਕੋਲ ਝਗੜੇ ਦਾ ਮੈਨੂੰ ਤਾਂ ਪਤਾ ਹੀ ਨਹੀਂ ਗਾ, ਮੈਂ ਤਾਂ ਅਚਾਨਕ ਪਿੰਡ ਗਿਆ ਵਾਂ, ਅਤੇ ਆਪ ਤੁਹਾਨੂੰ ਪਤਾ ਹੀ ਜੋ ਪਿੰਡਾਂ 'ਚ ਹੁੰਦਾ ਵਾ, ਅਤੇ ਆਪਾਂ ਨੂੰ ਇਹ ਵਿਸ਼ਰਾਕ ਹੀ ਗੱਲ ਨੂੰ ਜ਼ਖਮੀ ਹਾਲਤ 'ਚ ਭੇਜਿਆ ਤੁਹਾਨੂੰ, ਚਾਰ ਬੰਦੇ ਤੁਹਾਡੇ ਨਾਲ ਹੋਰ ਫੜ ਲਏ ਆ, ਕੀ ਸਾਰੀ ਘਟਨਾ ਕੀ ਵਾਪਰੀ ਆ? ਇਹ ਗੋਲੀਆਂ ਗਾਲੀਆਂ ਮਾਰੀਆਂ ਉਹਨਾਂ ਨੇ। ਕੀ ਨਾਮ ਉਹਨਾਂ ਦਾ? ਹਰਿੰਦਰ ਇੱਕ ਮੁੰਡੇ ਦਾ, ਇੱਕ ਦਾ ਲੱਭਾ, ਸੋਨੀ ਸਾਰਜ, ਇਹੋ ਜਿਹੇ ਨਾਲ ਮੁੰਡੇ ਮੁੰਡੇ ਲਿਆਏ ਬਾਹਰੋਂ। ਕੀ ਕਾਰਨ ਕੀ ਸੀ ਜਿਹੜਾ ਕਿ ਗੋਲੀਆਂ ਮਾਰੀਆਂ? ਪਈ ਦਾ ਹੀ, ਮਿੱਟੀ ਮੁੱਟੀ ਦਾ। ਕਿਹੜੇ ਪਿੰਡ ਦਾ? ਭੈਣੀ ਮੱਸਾ ਸਿੰਘ ਦਾ। ਇਹ ਫਾਇਰਿੰਗ ਇੰਸੀਡੈਂਟ ਰਿਪੋਰਟ ਆਇਆ ਜੀ, ਇਹ ਕੋਈ ਜ਼ਮੀਨ ਦਾ ਮਸਲਾ ਹੈ, ਪਈ ਤੋਂ ਲੜੇ ਆ ਜੀ, ਬੈਂਕਾਂ ਦੇ ਘਰ ਹੀ, ਅਤੇ ਪਰਿਵਾਰ ਦੀ ਸਟੇਟਮੈਂਟ ਲੈ ਕੇ ਅੱਗੇ ਕਾਰਵਾਈ ਕੀਤੀ ਹੈ। ਕਿੰਨੇ ਕੁ ਸਰ ਜਾਣੇ ਇੰਜਰਡ ਜਿਹੜੇ ਦੱਸੇ ਜਾ ਰਹੇ? 3-4 ਜਾਣੇ ਇੰਜਰਡ ਦੱਸੇ ਜਾ ਰਹੇ ਜੀ। ਅਤੇ ਗੋਲੀ ਵਗੈਰਾ ਦਾ ਸਰ ਕੋਈ ਖੋਲ ਵਗੈਰਾ ਉੱਥੋਂ ਬਰਾਮਦ ਹੋ ਗਏ? ਜੀ ਜੀ। ਅਤੇ ਸਟੇਟਮੈਂਟ ਸਰ ਪਰਿਵਾਰ ਦੀ ਦਰਜ ਕਰ? ਜੀ ਜੀ ਜੀ, ਉਹੀ ਕਰ ਰਹੇ ਜੀ, ਪਰਿਵਾਰਕ ਮੈਂਬਰ। ਕੋਈ ਬੰਦਾ ਸਰ ਹੈਗਾ ਫੜਿਆ ਕੋਈ ਜੀ? ਅਤੇ ਅਜੇ ਕੋਈ ਨਹੀਂ ਕਰਿਆ, ਸਟੇਟਮੈਂਟ ਤੋਂ ਬਾਅਦ ਪਤਾ ਲੱਗੂ ਕਿਹਦੇ ਖਿਲਾਫ ਦਿੰਦੇ ਸਟੇਟਮੈਂਟ। ਉਹਨਾਂ ਵੱਲੋਂ ਸਰ ਕੋਈ ਆਇਆ, ਕੋਈ ਹੋਇਆ ਉਹਨਾਂ ਵੱਲੋਂ? ਜੀ ਜੀ, ਇਸ ਟਾਈਮ ਹੋਸਪਿਟਲ ਹੀ ਜੀ, ਚੈੱਕ ਕਰ। ਜ਼ਮੀਨ ਦੇ ਰਸਤੇ ਨੂੰ ਲੈ ਕੇ ਦੋ ਤਰ੍ਹਾਂ ਦੇ ਵਿੱਚ ਖੂਨੀ ਝੜਪ ਹੋਈ। ਜੋ ਸ਼ਖਸ ਲੜਾਈ ਨੂੰ ਛਡਵਾਉਣ ਆਇਆ ਸੀ ਉਸਦੇ ਗੋਲੀ ਮਾਰੀ ਗਈ। ਇਸ ਖੂਨੀ ਝੜਪ ਦੇ ਵਿੱਚ 5 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਲਕਾ ਖੇਮਕਰਨ ਦੇ ਪਿੰਡ ਭੈਣੀ ਮੱਸਾ ਸਿੰਘ ਦਾ ਇਹ ਪੂਰਾ ਮਾਮਲਾ ਹੈ, ਜਿਨ੍ਹਾਂ ਦੇ ਵਿੱਚ ਇੱਕ ਵਿਅਕਤੀ ਜੋ ਕਿ ਲੜਾਈ ਕਰ ਰਹੇ ਵਿਅਕਤੀਆਂ ਨੂੰ ਛਡਾਉਣ ਦੇ ਲਈ ਆਇਆ ਸੀ ਉਸ 'ਤੇ ਵੀ ਗੋਲੀ ਮਾਰੀ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਦੀ ਸਟੇਟਮੈਂਟ ਤੋਂ ਬਾਅਦ ਕਾਨੂੰਨ ਦੇ ਅਨੁਸਾਰ ਆਰੋਪੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਤਾਂ ਦੱਸਦੇ ਕਿ ਖੇਮਕਰਨ ਦੇ ਪਿੰਡ ਭੈਣੀ ਮੱਸਾ ਸਿੰਘ ਦੇ ਵਿੱਚ ਜ਼ਮੀਨੀ ਰਸਤੇ ਨੂੰ ਲੈ ਕੇ ਦੋ ਤਰ੍ਹਾਂ ਦੇ ਵਿੱਚ ਗੋਲੀਆਂ ਚੱਲੀਆਂ ਨੇ, ਜਿਸ ਮੌਕੇ 5 ਲੋਕ ਜ਼ਖਮੀ ਹੋਏ ਨੇ। ਜੋ ਲੜਾਈ ਨੂੰ ਛਡਾਉਣ ਆਇਆ ਸੀ ਉਸ 'ਤੇ ਵੀ ਗੋਲੀ ਮਾਰੀ ਗਈ। ਤਾਂ ਫਿਲਹਾਲ ਪੁਲਿਸ ਦੇ ਵੱਲੋਂ ਵੱਖ ਵੱਖ ਐਂਗਲਾਂ ਤੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਇਹਨਾਂ ਆਪਣੇ ਗੁਆਂਢ ਸੀ, ਆਪਣੇ ਆਪ ਦੇ ਬੰਦੇ ਆ, ਅਤੇ ਪਿੰਡੋਂ ਝਗੜਾ ਕੋਈ ਇਹਨਾਂ ਦਾ ਮਾੜਾ ਮੋਟਾ ਪਹਿਲਾਂ ਆਇਆ ਅਤੇ ਉਹ ਲੈ ਗਏ 70-80 ਜਣੇ, ਅਤੇ ਇਹਨਾਂ ਦੀ ਡੇਰੀ ਉੱਥੇ ਆਣ ਕੇ ਗੱਲ ਪੈ ਗਏ ਆ, ਅਤੇ ਮੈਂ ਵਿੱਚ ਛਡਾਉਣ ਲੱਗ ਪਿਆ ਵਾਂ, ਅਤੇ ਮੇਰੇ ਵੀ ਗੋਲੀ ਮਾਰ ਕਰਤੀ ਹੈ, ਅਤੇ ਮੈਂ ਤਾਂ ਹੈਗਾ ਛਡਾਵਾਂ ਹੀ ਬਹੁਤ ਵਾਰ ਬੰਦੇ ਸਰਪੰਚ ਹੀ ਸਾਡੇ ਕੋਲ।
ਝਗੜੇ ਦਾ ਮੈਨੂੰ ਪਤਾ ਹੀ ਨਹੀਂ ਗਾ, ਮੈਂ ਤਾਂ ਅਚਾਨਕ ਪਿੰਡ ਗਿਆ ਵਾ ਤੇ ਆਪ ਤੁਹਾਨੂੰ ਪਤਾ ਹੀ ਜੋ ਪਿੰਡਾਂ 'ਚ ਹੁੰਦਾ ਵਾ ਤੇ ਆਪਾਂ ਨੂੰ ਇਹ ਸ਼ਰਾਕਤ ਹੀ ਕਰਨਾ ਜ਼ਖਮੀ ਹਾਲਤ 'ਚ ਭੇਜਿਆ ਤੁਹਾਨੂੰ, ਚਾਰ ਬੰਦੇ ਤੁਹਾਡੇ ਨਾਲ ਹੋਰ ਫੜ ਲਿਆ, ਕੀ ਸਾਰੀ ਘਟਨਾ ਕੀ ਵਾਪਰੀ? ਇਹ ਗੋਲੀਆਂ ਗਾਲੀਆਂ ਮਾਰੀਆਂ ਉਹਨਾਂ ਨੇ। ਕੀ ਨਾਮ ਉਹਨਾਂ ਦਾ? ਹਰਿੰਦਰ ਇੱਕ ਮੁੰਡੇ ਦਾ, ਇੱਕ ਦਾ ਲੱਭਾ, ਸੋਨੀ, ਸਾਰਜ, ਇਹੋ ਜਿਹੇ ਨਾਲ ਮੁੰਡੇ ਮੁੰਡੇ ਲਿਆਏ ਬਾਹਰੋਂ। ਕੀ ਕਾਰਨ ਕੀ ਸੀ ਜਿਹੜਾ ਕਿ ਗੋਲੀਆਂ ਮਾਰੀਆਂ? ਪਈ ਦਾ ਹੀ, ਮਿੱਟੀ ਮੁੱਟੀ ਦਾ। ਕਿਹੜੇ ਪਿੰਡ ਦਾ? ਭੈਣੀ ਮਸਾ ਸਿੰਘ ਦਾ। ਫਾਇਰਿੰਗ ਇੰਸੀਡੈਂਟ ਰਿਪੋਰਟ ਆਇਆ ਜੀ, ਇਹ ਕੋਈ ਜ਼ਮੀਨ ਦਾ ਮਸਲਾ ਹੈ, ਪਈ ਤੋਂ ਲੜੇ ਆ ਜੀ ਬੈਂਕਾਂ ਦੇ ਘਰ ਹੀ, ਅਤੇ ਪਰਿਵਾਰ ਦੀ ਸਟੇਟਮੈਂਟ ਲੈ ਕੇ ਅੱਗੇ ਕਾਰਵਾਈ ਕੀਤੀ ਹੈ। ਕਿੰਨੇ ਕੁ ਸਰ ਜਾਣੇ ਇੰਜਰਡ ਜਿਹੜੇ ਦੱਸੇ ਜਾ ਰਹੇ? 3 ਤੋਂ 4 ਜਾਣੇ ਇੰਜਰਡ ਦੱਸੇ ਜਾ ਰਹੇ ਜੀ। ਅਤੇ ਗੋਲੀ ਵਗੈਰਾ ਦਾ ਸਰ ਕੋਈ ਖੋਲ ਵਗੈਰਾ ਉੱਥੋਂ ਬਰਾਮਦ ਹੋ ਗਏ? ਜੀ ਜੀ। ਅਤੇ ਸਟੇਟਮੈਂਟ ਸਰ ਪਰਿਵਾਰ ਦੀ ਦਰਜ ਕਰ ਰਹੇ? ਜੀ ਜੀ ਜੀ, ਉਹੀ ਕਰ ਰਹੇ ਜੀ ਪਰਿਵਾਰਕ ਮੈਂਬਰ। ਕੋਈ ਬੰਦਾ ਸਰ ਹੈਗਾ ਫੜਿਆ ਕੋਈ ਜੀ? ਅਜੇ ਕੋਈ ਨਹੀਂ ਫੜਿਆ ਜੀ। ਸਟੇਟਮੈਂਟ ਤੋਂ ਬਾਅਦ ਪਤਾ ਲੱਗੂ ਕਿਹਦੇ ਖਿਲਾਫ਼ ਦਿੰਦੇ ਸਟੇਟਮੈਂਟ। ਉਹਨਾਂ ਵੱਲੋਂ ਸਰ ਕੋਈ ਆਇਆ ਕੋਈ ਹੋਇਆ ਉਹਨਾਂ ਵੱਲੋਂ? ਜੀ ਜੀ, ਇਸ ਟਾਈਮ ਹੋਸਪਿਟਲ ਹੀ ਹੈ ਜੀ, ਚੈੱਕ ਕਰਦੇ।